सब्सक्राइब कीजिए हमारे यूट्यूब चैनल सेवक इन्फो को जॉब्स और इनफोमे की वीडियो सबसे पहले देखने के लिए और साथ ही बेल के बटन को आपने ऑन कर लेना जिससे आपको हर एक नोटिफिकेशन समय से हाँ जी सत श्रीकाल जी स्वागत करते हैं तो एक बार फिर तो सेवक इनफो यूट्यूब चैनल के रोजाना नौकरी जानकारी साढ़े चैनल जरूर जुड़ो जी सबसक्राइब बटन नीचे जरूर प्रेस कर लोता कि डेली के पोस्टा जानकारी मिलती रहे दोस्तों गल करा हम आप ਜੋ ਕਿ ਸਿਰਫ ਪੋਸਟ ਆਈਸੀ ਪਹਿਲਾਂ 1 ਸਾਲ ਪਹਿਲਾਂ ਹੈਂਡੀਕੈਪਡ ਯਾਨੀ ਕਿ ਦਿਵਿਆਂਗ ਲੋਕਾਂ ਦੀ 350 ਪੋਸਟ ਐਸੀ ਜੀ ਤਾਂ ਮਤਲਬ ਹੁਣ ਕੀ ਆ ਉਹਨਾਂ ਦਾ ਜੋ ਕੀ ਆ ਕਹਿ ਸਕਦੇ ਆਂ ਦੋਸਤੋ ਉਹਦਾ ਟੈਸਟ ਵਗੈਰਾ ਜੋ ਕਿ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਫਾਈਨਲੀ ਹੋਣ ਹੋਣੀ ਆ ਜੀ ਕਿਸ ਤਰੀਕੇ ਨਾਲ ਹੋਣੀ ਆ ਉਹ ਵੀ ਤੁਹਾਨੂੰ ਦੱਸਾਂਗਾ ਕਿਸ ਐਡਰੈਸ ਤੇ ਹੋਣੀ ਆ ਜਿਨ੍ਹਾਂ ਨੇ ਵੈਕੈਂਸੀ ਲਈ ਅਪਲਾਈ ਕੀਤਾ ਵੈਸੇ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਆ ਤਾਂ ਵੀਡੀਓ ਨੂੰ ਅਖੀਰ ਤੱਕ ਦੇਖੋ ਸਿਰਫ ਦਿਵਿਆਂਗ ਲੋਕਾਂ ਲਈ ਭਰਤੀ हां जी दोस्तों देवियां लोग कल ही भर्ती है जो पहला भर्ती फॉर्म भरे गए सीगे एक साल पहले जी ਹੁਣ ਹੋਵੇਗੀ ਭਰਤੀ हां जी दोस्तों ਹੁਣ ਹੋਵੇਗੀ ਭਰਤੀ 350 ਜੀ ਚ ਪੋਸਟਾਂ ਨੇ ਤਾਂ ਤੁਸੀਂ ਦੇ ਸਕਦੇ ਹੋ ਉਸ ਤੋਂ ਪਹਿਲਾਂ ਠੀਕ ਹੈ ਤੁਹਾਨੂੰ ਪੂਰੀ ਵੀਡੀਓ ਦੇਖ ਲਓ ਤੇ ਲਾਈਕ ਐਂਡ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਸਪੋਰਟ ਕਰੋ ਸਾਨੂੰ ਤਾਂ ਦੋਸਤੋ ਚੱਲਦੇ ਆ ਪੂਰੇ ਇਸ਼ਤਿਹਾਰ ਵੱਲ ਦੇਖਦੇ ਆ ਕੀ ਆਇਆ ਉਸ ਵਿੱਚ ਦੋਸਤੋ हां जी ਉਸ ਪੰਜਾਬ ਸਰਕਾਰ ਦੀ ਤਰਫੋਂ ਇੱਕ ਇਸ਼ਤਿਹਾਰ ਜਾਰੀ ਹੋਇਆ ਜਿਸ ਦੇ ਵਿੱਚ ਸਥਾਨਕ ਸਰਕਾਰ ਪੰਜਾਬ ਸਰ ਵਿਭਾਗ ਪੰਜਾਬ ਮਿਊਸਿਪਲ ਭਵਨ ਇਹ ਤੁਸੀਂ ਦੇ ਦੋ ਜਨਨ ਕਿ ਇਹ ਜਿਹੜੀ ਨਗਰ ਜਿਹੜੀ ਭਰਤੀ ਸੀ ਜੰਦਸਤੇ ਮੈਂ ਫਿਰ ਦੁਬਾਰਾ ਜੋ ਕਿ ਵੱਖ-ਵੱਖ ਮਿਊਸਿਪਲ ਕਾਰਪੋਰੇਸ਼ਨਾਂ ਤੇ ਮਿਊਸਿਪਲ ਕਾਉਂਸਲਾਂ ਨਗਰ ਪੰਚਾਇਤਾਂ ਵਿੱਚ ਗਰੁੱਪ ਸੀ ਤੇ ਡੀ ਵਿੱਚ ਵਿਆਹ ਲੋਕਾਂ ਦੀ ਭਰਤੀ ਸੀ ਠੀਕ ਹੈ ਜੀ ਦੋਸਤੋ ਜਿਹੜੀ ਭਰਤੀ ਸੀ ਤਾਂ ਇਹਨਾਂ ਨੇ ਜੋ ਸਟੀਅਰ ਜਾਰੀ ਕੀਤਾ ਸੀ ਸਥਾਨਿਕ ਸਰਕਾਰਾਂ ਦੇ ਭਾਗ ਨੰਬਰ ਠੀਕ ਹੈ ਜੀ 28 5 2019 ਇੱਕ ਕੀਆ ਨੋਟਿਸ ਜਾਰੀ ਹੋਇਆ ਸੀ 31 5 2019 ਵਿੱਚ ਵੱਖ-ਵੱਖ ਮਿਊਸਪਲ ਅਤੇ ਨਗਰ ਪੰਚਾਇਤਾਂ ਵਿੱਚ ਕੀ ਸਰਵਿਸ ਗਰੁੱਪ ਸੀ ਤੇ ਡੀ ਵਿੱਚ ਵਿਅੰਗ ਲੋਕਾਂ ਲਈ ਬੈਂਕ ਲਾਂਗ ਵੈਕਸੀਨ ਦੀਆਂ 3511 ਸਥਾਈ ਕੇਡਰ ਸਾਮੀਆਂ ਦਾ ਅਸਥਾਰ ਜਾਰੀ ਕੀਤਾ ਗਿਆ ਸੀ 2019 ਦੇ ਵਿੱਚ ਇਹ ਜੋ ਕਹਿ ਸਕਦੇ ਹੋ ਭਰਤੀ ਆਈ ਸੀ ਇਸ ਤੋਂ ਬਾਅਦ ਬਦ ਉਪਰ ਦਿੱਤੇ ਪਬਲਿਕ ਨੋਟਿਸ ਵਿੱਚ ਸੁਧਾਰ ਕਰਦੇ ਆ ਇੱਕ ਨਵਾਂ ਨੋਟਿਸ ਜਾਰੀ ਹੋਇਆ ਸੀ 15 10 2020 ਰਾਹੀਂ ਉਧਰ ਦੀ ਜਿਹੜੀ ਗਿਣਤੀ ਆ ਜ 350 332 ਕਰ ਦਿੱਤੀ ਗਈ ਸੋਧí ਕਰਨ ਕਰ ਦਿੱਤਾ ਸੀਗੀ ਤੇ ਉਸ ਤੋਂ ਬਾਅਦ ਜੀ ਉਪਰੋਕਤ 332 ਮਤਲਬ 350 200 332 ਕਰ ਦਿੱਤਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਉਪਰੋਕਤ ਜੋ ਇਹ ਵੈਕੈਂਸੀਆਂ ਸੀ 332 ਜਿਸ ਦਾ ਸੋਧ ਕਰਤਾ ਸੀਗਾ ਕਲਰਕ ਦੇ 22 ਅਹੁਦਿਆਂ ਤੋਂ ਬਿਨਾਂ ਇਕੱਲੇ ਕਲਰਕ ਦੀਆਂ ਪੋਸਟਾਂ ਨੂੰ ਛੱਡ ਕੇ ਦੋਸਤੋ ਉਨਾ ਤੋਂ ਬਿਨਾ ਲਈ ਦਸਤਾਵੇਜ਼ ਜਿਹੜੀ ਜਾਂਚ ਹੈਗੀ ਹੁਣ 11 1 2021 ਤੋਂ 23 1 2021 ਤੱਕ ਹਾਂਜੀ ਤੁਸੀਂ ਤਰੀਕ ਨੂੰ ਧਿਆਨ ਚ ਰੱਖੋ ਜੀ 11 ਜਨਵਰੀ 2021 ਤੋਂ 23 ਜਨਵਰੀ 2021 ਤੱਕ ਕੀਤੀ ਜਾਣੀ ਹੈ ਠੀਕ ਹੈ ਜਿਹੜੇ ਦਸਤਾਵੇਜ਼ ਨੇ ਚੈੱਕ ਹੋਣਗੇ ਕਲਰਕ ਦੀਆਂ 22 ਸਾਮੀਆਂ ਤੋਂ ਬਿਨਾ ਜੋ ਵੀ ਦੂਸਰੀਆਂ ਪੋਸਟਾਂ ਸੀ ਕੀਤੀ ਜਾਣੀਆਂ ਸਾਰੇ ਹੀ ਉਮੀਦਵਾਰ ਜਿਨ੍ਹਾਂ ਦੇ ਜਿਨ੍ਹਾਂ ਨੇ ਠੀਕ ਹੈ ਜੀ ਚੈੱਕ ਕਰਸ ਜਿਨ੍ਹਾਂ ਨੇ ਸਾਰੇ ਹੀ ਉਮੀਦਵਾਰ ਜਿਨ੍ਹਾਂ ਨੇ ਵਿਭਾਗ ਦੀ ਵੈਬਸਾਈਟ ਇਹ ਵੈਬਸਾਈਟ ਸੀ ਜਿਸ ਤੇ ਫਾਰਮ ਭਰੇਗੇ ਸੀ ਠੀਕ ਹੈ ਪਿਛਲੀ ਜਿਹੜੀ ਅਪਲੋਡ ਸੂਚੀਆਂ ਕਰਤੀਆਂ ਨੇ ਇਹਨਾਂ ਦੀ ਜਿਹੜੀ ਲਿਸਟ ਸੀ ਕੈਂਡੀਡੇਟ ਸੀ ਕਿਹੜੇ-ਕਿਹੜੇ ਨੇ ਜੀ ਜਿਨ੍ਹਾਂ ਨੇ ਉੱਥੇ ਜਾਣਾ ਹੈ ਉਹਨਾਂ ਦੀ ਸਾਰੀ ਬਕਾਇਦਾ ਲਿਸਟ ਪਾਈ ਗਈ ਹੈ ਜੀ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਲੈ ਕੇ ਆਵਾਂਗੇ ਕਿਹੜੇ-ਕਿਹੜੇ ਕੈਂਡੀਡੇਟ ਨੇ ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋਗੇ ਦਾ ਇਸ ਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਪਾ ਦੂੰਗਾ ਤੁਸੀਂ इजीली ਡਾਊਨਲੋਡ ਕਰ ਸਕਦੇ ਹੋ ਜੀ ਨੂੰ ਵਿੱਚ ਪਾ ਦਿੱ ਗਿਆ ਨੂੰ ਹਰਾਈ ਦਿੱਤੀ ਜਾਂਦੀ ਹੈ ਕਿ ਉਹ ਮਿਊਸਪਲ ਕਾਰਪੋਰੇਸ਼ਨ ਦੀ ਕਮੇਟੀ ਦੀ ਮਿਊਸਪਲ ਕਾਉਂਸਲਰ ਜੋ ਜ਼ਿਲ੍ਹੇ ਹੈਡ ਕੁਆਟਰ ਲੇਬਰਸ ਵਿੱਚ ਦਿੱਤਾ ਹਨ ਕੋਲ ਹਾਜ਼ਰ ਹੋਣ ਠੀਕ ਹੈ ਜੀ ਇਹ ਹਾਜ਼ਰ ਹੋਣ ਲਈ ਕਿਹਾ ਗਿਆ ਜਿਸ ਵਿੱਚ ਮਿਤੀ 4 1 2021 ਦਾ ਵਿਸਤ੍ਰਿਤ ਪਬਲਿਕ ਨੋਟਿਸ ਉਪਰੋਕਤ ਵੈਬਸਾਈਟ ਤੇ ਮੌਜੂਦ ਹੈ ਠੀਕ ਹੈ ਜੀ ਵੈਬਸਾਈਟ ਤੇ ਨੋਟਿਸ ਪਾ ਦਿੱਤਾ ਹੈ ਉਸ ਤੇ ਵਿੱਚ ਦੱਸਿਆ ਗਿਆ ਉਸ ਵੱਖਰੇ ਵੱਖਰੇ ਪੱਤੇ ਜਾਰੀ ਨਹੀਂ ਕੀਤੇ ਜਾਣਗੇ ਉਪਰੋਕਤ ਜੋ ਕੋਈ ਵੀ ਈਡੀਸੀ ਤੁਹਾਨੂੰ ਨਹੀਂ ਤੇ ਆਉਣ ਜਾਣ ਲਈ ਤੇ ਜਾਏਗਾ ਤਾਂ ਇਹ ਸੀ ਦੋਸਤੋ ਅੱਜ ਦੀ ਅਪਡੇਟ ਜਿਸ ਵਿੱਚ ਦੱਸਿਆ ਗਿਆ ਕਿ ਜੋ ਕਿ ਹੁਣ ਪਹਿਲਾ ਵੈਕੈਂਸੀ ਆਈਸੀਵੀ ਦਿਵਿਆਂਗ ਲੋਕਾਂ ਦੀ ਹੈਲੀਕਾਪਟਰ ਦੀ ਉਹਦੇ ਵਿੱਚ ਕਲਰਕ ਨੂੰ ਛੱਡ ਕੇ ਜੋ ਬਾਕੀ ਨੇ ਕੈਂਡੀਡੇਟ ਉਹਨਾਂ ਨੂੰ ਕੀ ਆ ਠੀਕ ਆ ਆਪਣੇ ਡਾਕੂਮੈਂਟ ਦੇ ਲਾ ਲੋ ਜੀ ਜਾਂਚ ਦੇ ਲਈ ਠੀਕ ਆ ਜੋ ਹੋਣੀ ਅੱਗੇ ਭਾਰਤੀ ਉਹ ਬਾਦੀ ਜੀ ਵੈਰੀਫਿਕੇਸ਼ਨ ਹੁੰਦੀ ਹੈ ਰਿਕਮੈਂਡਡ ਸਕਰੀਨਿੰਗ ਵਗੈਰਾ ਜੋ ਵੀ ਹੁੰਦਾਗਾ ਠੀਕ ਹੈ ਜੀ ਉਸ ਤੋਂ ਰੁੱਕ ਕੇ ਆਪਣੇ ਦਫ਼ਤਰ ਦੇ ਵਿੱਚ ਜੋ ਇਹ ਐਡਰੈਸ ਦਿੱਤਾ ਹੈਗਾ ਇਸ ਐਡਰੈਸ ਤੇ ਤੁਸੀਂ ਜਾ ਕੇ ਆਪਣੇ ਜੋ ਲਿਸਟ ਸਭ ਤੋਂ ਪਹਿਲਾਂ ਚੈੱਕ ਕਰ ਲੈਣੀ ਹੈ ਉਸ ਤੇ ਆਪਣਾ ਨਾਮ ਦੇਖਣਾਗਾ ਸਭ ਤੋਂ ਪਹਿਲਾ ਕੰਮ ਜਿਹੜਾ ਕਰਨਾ ਹੈਗਾ ਉਸ ਤੋਂ ਬਾਅਦ ਹੀ ਤੁਸੀਂ ਇਸ ਡੈਕਸ ਤੇ ਜੋ ਪਹੁੰਚਣਾ ਜੀ ਠੀਕ ਹੈ ਜੇਕਰ ਤੁਹਾਡਾ ਫਿਰ ਵੀ ਕੋਈ ਸਵਾਲ ਨੇ ਚ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜੀ ਪੁੱਛ ਸਕਦੇ ਹੋਗੇ ਠੀਕ ਹੈ ਜੀ ਜੇ ਕਿਸੇ ਨੂੰ ਕੀ ਕਨਫਿਊਜ਼ਨ ਹੋ ਰਹੀ ਹੈ ਨਹੀਂ ਸਮਝ ਆ ਰਿਹਾ ਕੋਈ ਚ ਕੋਈ ਪਤਾ ਨਹੀਂ ਲੱਗ ਰਿਹਾ ਤੁਪਲੀ ਲਾਈਕ ਐਂਡ ਸ਼ੇਅਰ ਬਹੁਤ ਬਹੁਤ ਕਰ ਦਿਓ ਕਮੈਂਟ ਵੀ ਕਰ ਸਕਦੇ ਹੋ ਤੇ ਵੀਡੀਓ ਕੋ ਇਦਾਂ ਲੱਗੀ ਵੀਡੀਓ ਜਰੂਰ ਦੱਸੋ ਫਸਟ ਟਾਈਮ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਜੀ ਜੈ ਹਿੰਦ